ਹੈਲੋ ਸਟੂਡੈਂਟ, ਤੁਹਾਡੇ ਆਪਣੇ ਯੂਟਿਊਬ ਚੈਨਲ ਦ ਨੈਸ਼ਨ ਬਿਲਡਰ ਟੀਚਰ ਉੱਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਪੀ ਐੱਸ ਟੈਟ ਅਤੇ ਸੀ ਟੈਟ 2024 ਨੂੰ ਲੈ ਕੇ ਆਪਣੀ ਜਿਹੜੀ ਸੀ ਡੀ ਪੀ ਦੀ ਕਲਾਸਿਸ ਹੈ ਉਹ ਕੰਟੀਨਿਊ ਚੱਲ ਰਹੀ ਹੈ ਜੀ। ਉਸੇ ਲੜੀ ਦੇ ਵਿੱਚ ਅੱਜ ਦੀ ਆਪਣੀ ਤੀਜੀ ਕਲਾਸ ਹੈ। ਇਸ ਤੋਂ ਪਹਿਲਾਂ ਦੋ ਕਲਾਸਾਂ ਅਤੇ ਨਾਲ ਦੀ ਨਾਲ ਸਿਲੇਬਸ ਜਿਹੜਾ ਹੈ ਉਹ ਪਲੇ ਲਿਸਟ ਦੇ ਵਿੱਚ ਅਪਲੋਡ ਕੀਤਾ ਹੋਇਆ, ਤੁਸੀਂ ਜਾ ਕੇ ਵੇਖ ਸਕਦੇ ਹੋ। ਅੱਜ ਦਾ ਜਿਹੜਾ ਆਪਣਾ ਟੋਪਿਕ ਹੈ ਉਹ ਸਟੇਜ ਡਾਈਮੈਂਸ਼ਨ ਆਫ ਡਿਵੈਲਪਮੈਂਟ, ਵਿਕਾਸ ਦੇ ਜਿਹੜੇ ਪੜਾਵ ਨੇ ਉਹਦੇ ਵਿੱਚ ਜਿਹੜੀ ਉਮਰ ਦੇ ਹਿਸਾਬ ਨਾਲ ਮਨੋਵਿਗਿਆਨਿਕਾਂ ਨੇ ਜਿਹੜੀ ਏਜ ਦੀ ਵੰਡ ਕੀਤੀ ਹੈ, ਵੱਖ ਵੱਖ ਮਨੋਵਿਗਿਆਨਿਕਾਂ ਦੇ ਵੱਲੋਂ ਵਾਧੇ ਅਤੇ ਵਿਕਾਸ ਦੇ ਵਿੱਚ ਨਿਰੰਤਰ ਅਤੇ ਇਕਸਾਰ ਜਿਹੜੀ ਪ੍ਰਕਿਰਿਆ ਚੱਲਦੀ ਹੈ ਉਸ ਨੂੰ ਉਮਰ ਦੇ ਹਿਸਾਬ ਨਾਲ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਬਿਲਕੁਲ ਫਿਕਸ ਨਹੀਂ ਹੈ ਜੀ, ਕਿਉਂਕਿ ਅਲੱਗ ਅਲੱਗ ਮਨੋਵਿਗਿਆਨਿਕਾਂ ਨੇ, ਤੁਸੀਂ ਅੱਗੇ ਜਦੋਂ ਪੜ੍ਹੋਗੇ ਪਿਆਜ਼ੇ ਦੀ ਥਿਊਰੀ ਪੜ੍ਹੋਗੇ, ਇਰਿਕਸ਼ਨ ਦੀ ਥਿਊਰੀ ਪੜ੍ਹੋਗੇ, ਜਾਂ ਜੋ ਵੀ ਅੱਗੇ ਜਿਹੜੇ ਸਾਈਕੋਲਿਸਟ ਹੋਏ ਨੇ ਉਹਨਾਂ ਦੇ ਵੱਲੋਂ ਉਮਰ ਦੇ ਅਲੱਗ ਅਲੱਗ ਪੜਾਅ ਦੱਸੇ ਗਏ ਨੇ, ਪਰ ਜਿਹੜੀ ਇਸ ਵਿੱਚ ਉਮਰ ਦੱਸੀ ਗਈ ਹੈ ਉਸ ਦੇ ਵਿੱਚ ਆਪਾਂ ਜਿਹੜੀ ਸਟੇਜ ਆਫ ਲਾਈਫ, ਜੀਵਨ ਦੇ ਪੜਾਅ ਦੀ ਮੁੱਖ ਜਿਹੜੀ ਹੈ ਉਹ ਸਟੇਜ ਪੜ੍ਹਾਂਗੇ। ਇਸ ਤੋਂ ਇਲਾਵਾ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਜੀ, ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਪੀ ਐੱਸ ਟੈਟ ਦੀ ਅਤੇ ਸੀ ਟੈਟ ਦੀ ਜਿਹੜੀ ਫਰੀ ਆਫ ਕੋਸਟ ਪੰਜਾਬੀ ਦੇ ਵਿੱਚ ਨਾਲ ਦੀ ਨਾਲ ਇੰਗਲਿਸ਼ ਦੇ ਵਿੱਚ ਐਮ ਸਿਕਿਊਜ਼ ਬੇਸ ਤੁਹਾਡੀ ਤਿਆਰੀ ਫਰੀ ਆਫ ਕੋਸਟ ਹੋਏਗੀ ਇਸ ਚੈਨਲ ਉੱਤੇ। ਇੱਕ ਤੁਹਾਡੇ ਤੋਂ ਹੰਬਲ ਰਿਕੁਐਸਟ ਹੈ ਕਿ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਜ਼ਰੂਰ ਵੇਖਿਆ ਕਰੋ ਜੀ, ਕਿਉਂਕਿ ਤੁਹਾਡਾ ਕੋਨਸੈਪਟ ਤਾਂ ਹੀ ਕਲੀਅਰ ਹੋਏਗਾ। ਅੱਜ ਦਾ ਵੀਡੀਓ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਇਹ ਤੁਹਾਡਾ ਜਿਹੜਾ ਬੇਸਿਕ ਹੈ ਉਹ ਉਮਰ ਦੇ ਹਿਸਾਬ ਨਾਲ ਜਿਹੜੇ ਬੱਚਿਆਂ ਨੂੰ ਵੰਡਿਆ ਗਿਆ ਹੈ ਉਹ ਤੁਹਾਡਾ ਕਲੀਅਰ ਕਰੇਗਾ। ਤਾਂ ਜੀ ਸਟਾਰਟ ਕਰਦੇ ਹਾਂ ਆਪਣਾ ਜਿਹੜਾ ਟੋਪਿਕ ਹੈ ਉਸ ਦੇ ਵਿੱਚ ਉਮਰ ਦੇ ਹਿਸਾਬ ਨਾਲ ਵੱਖ ਵੱਖ ਸਟੇਜ ਆਫ ਡਿਵੈਲਪਮੈਂਟ ਆਫ ਲਾਈਫ ਨੂੰ ਜਿਹੜਾ ਵੰਡਿਆ ਗਿਆ ਹੈ, ਜਿਸ ਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਸਟੇਜ ਮੰਨੀ ਗਈ ਹੈ ਉਹ ਹੈ ਜੀ ਪ੍ਰੀ ਨੈਟਲ ਪੀਰੀਅਡ। ਜਿਹੜਾ ਗਰਭ ਦੇ ਵਿੱਚ ਬੱਚਾ ਹੁੰਦਾ ਹੈ ਜੀ, 9 ਮੰਥ ਤੱਕ ਦਾ ਜਿਹੜਾ ਪੀਰੀਅਡ ਹੈ ਉਸ ਨੂੰ ਪ੍ਰੀ ਨੈਟਲ ਪੀਰੀਅਡ ਮੰਨਿਆ ਜਾਂਦਾ ਹੈ। ਕੁਝ ਮਨੋਵਿਗਿਆਨਿਕਾਂ ਦੇ ਵੱਲੋਂ ਇਸ ਨੂੰ ਕੰਸੀਡਰ ਕੀਤਾ ਗਿਆ, ਕੁਝ ਦੇ ਵੱਲੋਂ ਨਹੀਂ ਕੀਤਾ ਗਿਆ, ਪਰ ਆਪਾਂ ਆਲ ਓਵਰ ਜਿਹੜੀ ਸਟੇਜ ਹੈ ਉਸ ਨੂੰ ਜ਼ਰੂਰ ਪੜਾਂਗੇ। ਪ੍ਰੀ ਨੈਟਲ ਪੀਰੀਅਡ ਹੋ ਗਿਆ ਜੀ। ਉਸ ਤੋਂ ਬਾਅਦ ਦੂਜੀ ਜਿਹੜੀ ਹੈ ਇਨਫੈਂਸੀ, ਜਿਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਜੀ ਸ਼ਿਸ਼ੂ ਅਵਸਥਾ। ਇਨਫੈਂਸੀ ਸਟੇਜ ਹੁੰਦੀ ਹੈ ਜੀ ਜਿਹੜੀ 1 ਸਾਲ ਤੋਂ, ਯਾਨੀ ਬਾਏ ਬਰਥ ਤੋਂ ਲੈ ਕੇ 2 ਸਾਲ ਤੱਕ ਦਾ ਜਿਹੜਾ ਇਸਦਾ ਹੈ ਉਹ ਪੀਰੀਅਡ ਰਹਿੰਦਾ ਹੈ। ਉਸ ਤੋਂ ਬਾਅਦ ਜਿਹੜੀ ਅੱਗੇ ਜੀ ਚਾਈਲਡਹੁੱਡ ਹੈ, ਚਾਈਲਡਹੁੱਡ ਬਾਲ ਅਵਸਥਾ ਨੂੰ ਜਿਹੜਾ ਹੈ ਉਹ ਅੱਗੇ 2 ਭਾਗਾਂ ਵਿੱਚ, ਡਾਕਟਰ ਮੈਡਮ ਹਾਰਲੋਕ ਹੈ ਜੀ ਜਿਹੜੇ ਉਹਨਾਂ ਨੇ ਇਸ ਨੂੰ 2 ਭਾਗਾਂ ਦੇ ਵਿੱਚ ਵੰਡਿਆ ਹੈ, ਜਿਹੜੀ 303 ਤੋਂ ਲੈ ਕੇ 12 ਦਾ ਪੀਰੀਅਡ ਹੈ ਲਗਭਗ, ਕਿਉਂਕਿ 2 ਸਾਲ ਖਤਮ ਹੋ ਜਾਂਦੇ, 3 ਸਾਲ ਸ਼ੁਰੂ ਹੋ ਜਾਂਦੇ, 3 ਤੋਂ ਲੈ ਕੇ 12 ਸਾਲ ਦੀ ਉਮਰ ਦਾ ਜਿਹੜਾ ਹੈ ਪੀਰੀਅਡ ਉਹ ਚਾਈਲਡਹੁੱਡ ਦਾ ਮੰਨਿਆ ਜਾਂਦਾ ਹੈ, ਜਿਸ ਦੇ ਵਿੱਚ ਇੱਕ ਸਟੇਜ ਹੈ ਜੀ ਅਰਲੀ ਚਾਈਲਡਹੁੱਡ, ਠੀਕ ਹੈ ਜੀ, ਇੱਕ ਅਰਲੀ ਚਾਈਲਡਹੁੱਡ ਹੈ, ਇੱਕ ਲੇਟਰ ਚਾਈਲਡਹੁੱਡ ਹੈ ਜੀ, ਠੀਕ ਹੈ। ਉਸ ਤੋਂ ਬਾਅਦ ਸਟੇਜ ਹੈ ਜੀ ਅਡੋਲਸੈਂਸ ਪੀਰੀਅਡ, ਜਿਸ ਨੂੰ ਕਿਹਾ ਜਾਂਦਾ ਜੀ ਕਿਸ਼ੋਰ ਅਵਸਥਾ, ਇਹ ਜਿਹੜੀ ਬਾਲ ਅਵਸਥਾ ਹੈ ਜੀ, ਠੀਕ ਹੈ, ਇਹ ਸ਼ਿਸ਼ੂ ਅਵਸਥਾ ਹੈ, ਇਹ ਪੰਜਾਬੀ ਦੇ ਵਿੱਚ ਮੈਂ ਆਲਰੇਡੀ ਅੱਗੇ ਵੀ ਮੈਂਸ਼ਨ ਕੀਤੀ ਹੋਈ, ਇੱਕ ਸਟੇਜ ਤੁਸੀਂ ਸਮਝ ਸਕਦੇ ਹੋ। ਉਸ ਤੋਂ ਬਾਅਦ ਹੈ ਜੀ ਅਡਲਟ ਪੀਰੀਅਡ, ਇਹ ਦੇਖੋ ਜੀ ਇਹ ਪ੍ਰੀ ਨੈਟਲ ਸਟੇਜ ਹੈ, ਇਸ ਦੇ ਵਿੱਚ ਬੱਚਾ ਇਨਫੈਂਸੀ ਦੇ ਵਿੱਚ ਆਉਂਦਾ ਹੈ, ਉਸ ਤੋਂ ਬਾਅਦ ਇਹ ਚਾਈਲਡਹੁੱਡ ਦੇ ਜਿਹੜਾ ਹੈ ਪੀਰੀਅਡ, ਉਸ ਤੋਂ ਬਾਅਦ ਅਡੋਲਸੈਂਸ, ਅਤੇ ਉਸ ਤੋਂ ਬਾਅਦ ਅਡਲਟ ਪੀਰੀਅਡ ਜਿਹੜਾ ਹੈ 18+ ਦਾ ਹੁੰਦਾ, 18+ ਦਾ ਜਿਹੜਾ ਪੀਰੀਅਡ ਹੁੰਦਾ ਉਸ ਨੂੰ ਅਡਲਟ ਕਿਹਾ ਜਾਂਦਾ, ਠੀਕ ਹੈ ਜੀ। ਇਹ ਵੱਖ ਵੱਖ ਮਨੋਵਿਗਿਆਨਿਕਾਂ ਦੇ ਵੱਲੋਂ ਆਪਣੀ ਹਿਸਾਬ ਨਾਲ ਇਸ ਨੂੰ ਤਰਤੀਬਵਾਰ ਕੀਤਾ ਗਿਆ ਹੈ ਜੀ। ਆਪਾਂ ਇਸ ਵੀਡੀਓ ਦੇ ਵਿੱਚ ਇਹ ਸਾਰੀ ਜਿਹੜੇ ਪੀਰੀਅਡ ਹੈ, ਮਤਲਬ ਜਿਹੜੀ ਏਜ ਗਰੁੱਪ ਦੱਸੇ ਨੇ ਉਸ ਦੇ ਵਿੱਚ ਕੀ ਕੀ ਚੇਂਜਿਸ ਆਉਂਦੇ ਨੇ, ਕਿਸ ਨਾਂ ਨਾਲ, ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਇਨਫੈਂਸੀ ਸਟੇਜ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ, ਚਾਈਲਡਹੁੱਡ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ, ਅਡੋਲਸੈਂਸ ਦੇ ਵਿੱਚ ਕੀ ਕੁਝ ਹੁੰਦਾ, ਕੁਝ ਇੱਕ ਮਨੋਵਿਗਿਆਨਿਕ ਨੇ ਉਹਨਾਂ ਨੇ ਇਸ ਨੂੰ ਵੱਖ ਵੱਖ ਤਰ੍ਹਾਂ ਦੇ ਨਾਂ ਦਿੱਤੇ ਨੇ, ਤਾਂ ਇਹ ਚੀਜ਼ਾਂ ਆਪਾਂ ਇਸ ਦੇ ਵਿੱਚ ਪੜਾਂਗੇ, ਠੀਕ ਹੈ ਜੀ। ਅੱਗੇ ਦੇਖੋ ਜੀ ਇਨਫੈਂਸੀ ਸਟੇਜ, ਠੀਕ ਹੈ ਜੀ,
ਸਭ ਤੋਂ ਪਹਿਲਾਂ ਤੁਸੀਂ ਇਸ ਜਿਹੜੀ ਪਿੱਕ ਨੂੰ ਬੜੇ ਧਿਆਨ ਨਾਲ ਦੇਖੋ ਜੀ, ਇਹ ਇਨਫੈਂਸੀ ਸਟੇਜ ਹੈ ਜਦੋਂ ਬੱਚਾ ਬਰਥ ਲੈ ਹੋ ਜਾਂਦਾ ਜੀ। ਉਸ ਤੋਂ ਬਾਅਦ ਜਿਹੜਾ ਉਸਦਾ ਇੱਕ ਤੋਂ ਲੈ ਕੇ ਲਗਭਗ 3 ਸਾਲ ਦਾ ਜਿਹੜਾ ਟਾਈਮ ਹੁੰਦਾ ਹੈ ਜੀ, ਉਹ ਜਿਹੜਾ ਇਨਫੈਂਸੀ ਸਟੇਜ ਸ਼ਿਸ਼ੂ ਅਵਸਥਾ ਕਿਹਾ ਜਾਂਦਾ ਹੈ। ਪਹਿਲੇ 3 ਸਾਲ ਦੀ ਉਮਰ ਨੂੰ ਸ਼ਿਸ਼ੂ ਅਵਸਥਾ ਕਿਹਾ ਜਾਂਦਾ ਹੈ, ਠੀਕ ਹੈ ਜੀ, ਜਿਸ ਦੇ ਵਿੱਚ ਬੱਚੇ ਦਾ ਜਿਹੜਾ ਵਿਕਾਸ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਜੀ ਬਹੁਤ ਹੀ ਤੇਜ਼ ਗਤੀ ਨਾਲ ਹੁੰਦਾ ਹੈ। ਤਾਂ ਡਾਕਟਰ ਹਾਰਲੋਕ, ਡਾਕਟਰ ਈ ਬੀ ਹਾਰਲੋਕ ਹੈ ਜੀ ਇਹ ਮੈਡਮ ਨੇ, ਉਹਨਾਂ ਨੇ ਇਸ ਕਾਲ ਨੂੰ, ਮੋਸਟ ਇੰਪੋਰਟੈਂਟ ਹੈ ਜੀ, ਪਲੀਜ਼ ਮੈਂ ਤੁਹਾਨੂੰ ਕਹਿੰਦਾ ਹਾਂ, ਕਾਪੀ ਪੈੱਨ ਹੈ ਤਾਂ ਤੁਸੀਂ ਇਸ ਚੀਜ਼ ਨੂੰ ਜ਼ਰੂਰ ਲਿਖ ਲੈਣਾ, ਕਿਉਂਕਿ ਇਹ ਕੁਸ਼ਚਨ ਕਾਫੀ ਵਾਰ ਆਇਆ ਹੈ। ਡਾਕਟਰ ਹਾਰਲੋਕ ਨੇ ਇਸ ਨੂੰ ਖਤਰਨਾਕ ਕਾਲ, ਅਪੀਲੀ ਕਾਲ, ਅਪੀਲਿੰਗ ਏਜ਼ ਕਿਹਾ ਹੈ, ਠੀਕ ਹੈ ਜੀ। ਕਾਰਨ ਕੀ ਹੈ ਇਸਦਾ? ਕਿਉਂਕਿ ਖਤਰਨਾਕ ਕਾਲ ਇਸ ਲਈ ਹੈ ਕਿ ਜਦੋਂ ਪਹਿਲਾਂ ਵਾਲੀ ਜਿਹੜਾ ਪੀਰੀਅਡ ਸੀਗਾ, ਸਭ ਤੋਂ ਜ਼ਿਆਦਾ ਜਿਹੜੇ ਬੱਚਿਆਂ ਦੀ ਡੈਥ ਹੈ ਇਸੇ ਜਿਹੜਾ ਇਨਫੈਂਸੀ ਸਟੇਜ ਵਿੱਚ ਹੁੰਦੀ ਸੀ। ਇਸ ਲਈ ਡਾਕਟਰ ਈ ਬੀ ਹਾਰਲੋਕ ਨੇ ਇਸ ਅਵਸਥਾ ਨੂੰ ਖਤਰਨਾਕ ਕਾਲ ਦੱਸਿਆ, ਕਿਉਂਕਿ ਇਸ ਕਾਲ ਵਿੱਚ ਬਹੁਤ ਸਾਰੇ ਬੱਚੇ ਮਰ ਜਾਂਦੇ ਸੀ, ਠੀਕ ਹੈ। ਨਾਲ ਦੀ ਨਾਲ ਇਸ ਨੂੰ ਅਪੀਲੀ ਕਾਲ ਕਿਉਂ ਕਿਹਾ ਜੀ, ਅਪੀਲੀ ਏਜ਼ ਕਿਉਂ ਕਿਹਾ ਹੈ? ਕਿਉਂਕਿ ਇਸ ਕਾਲ ਵਿੱਚ ਬਹੁਤ ਸਾਰੇ ਜਿਹੜੀ ਐਕਟੀਵਿਟੀਜ਼ ਹੁੰਦੀ ਹੈ, ਬੱਚਾ ਜਿਹੜਾ ਲਾਚਾਰ ਹੁੰਦਾ ਹੈ ਉਹ ਅਪੀਲ ਕਰਦਾ ਹੈ, ਉਹ ਮਤਲਬ ਜੋ ਉਸਦੇ ਆਲੇ ਦੁਆਲੇ ਲੋਕ ਨੇ ਉਹਨਾਂ ਨੂੰ ਖੁਸ਼ ਕਰਦਾ ਹੈ ਜੀ, ਹੱਸਦਾ ਹੈ, ਉਹਨਾਂ ਦੇ ਨਾਲ ਖੇਡਦਾ ਹੈ। ਤੁਸੀਂ ਬੱਚੇ ਨੂੰ ਐਕਟੀਵਿਟੀ ਕਰਨ ਲਈ ਕਹਿੰਦੇ ਹੋ, ਉਹ ਐਕਟੀਵਿਟੀਜ਼ ਕਰਦਾ ਜੀ। ਜਦੋਂ ਵੀ ਉਸ ਨੂੰ ਕਿਸੇ ਚੀਜ਼ ਦੀ ਖਾਣ ਦੀ ਜ਼ਰੂਰਤ ਹੁੰਦੀ ਹੈ, ਉਹ ਬੋਲ ਕੇ ਨਹੀਂ ਦੇ ਸਕਦਾ, ਉਹ ਰੋ ਕੇ ਜਾਂ ਜਿਹੜੇ ਉਸਦੇ ਸੈਂਸ ਨੇ ਉਸ ਹਿਸਾਬ ਨਾਲ ਉਹ ਦੱਸ ਸਕਦਾ। ਤਾਂ ਇਹ ਜਿਹੜਾ ਕਾਲ ਹੈ ਡਾਕਟਰ ਹਾਰਲੋਕ ਮੈਡਮ ਦੇ ਵੱਲੋਂ ਇਸ ਨੂੰ ਖਤਰਨਾਕ ਕਾਲ ਕਿਹਾ ਗਿਆ ਹੈ, ਡੇਂਜਰਸ ਏਜ਼ ਕਿਹਾ ਗਿਆ ਹੈ, ਅਤੇ ਨਾਲ ਦੀ ਨਾਲ ਅਪੀਲਿੰਗ ਏਜ਼ ਕਿਹਾ ਗਿਆ ਹੈ, ਕਿਉਂਕਿ ਬੱਚਾ ਇਸ ਸਮੇਂ ਲਾਚਾਰ ਹੁੰਦਾ ਹੈ, ਸਾਰਾ ਉਹ ਡਿਪੈਂਡ ਹੁੰਦਾ ਹੈ ਜੀ ਆਪਣੀ ਮਾਂ ਦੇ ਉੱਤੇ। ਇਸ ਤੋਂ ਇਲਾਵਾ ਇੱਕ ਮਨੋਵਿਸ਼ਲੇਸ਼ਣ ਹੋਏ ਨੇ, ਇਹ ਮਨੋਵਿਗਿਆਨਿਕ ਸੀਗੇ, ਇਹ ਮਨੋਵਿਸ਼ਲੇਸ਼ਣਵਾਦ, ਅੱਗੇ ਤੁਸੀਂ ਪੜ੍ਹੋਗੇ ਕਿ ਇਹਨਾਂ ਦੇ ਵਿੱਚ ਫਰਕ ਕੀ ਹੈ। ਐਡਲਰ ਕਰਕੇ ਹੈ ਜੀ, ਉਹਨਾਂ ਨੇ ਜੀਵਨ ਸ਼ੈਲੀ ਲਈ ਤਿਆਰ, ਇਹ ਜਿਹੜਾ ਕਾਲ ਹੈ ਇਹ ਆਉਣ ਵਾਲਾ ਤੁਹਾਡਾ ਜਿਹੜਾ ਜੀਵਨ ਹੈ, ਲਾਈਫ ਸਟਾਈਲ ਹੈ, ਉਸ ਨੂੰ ਤਿਆਰ ਕਰਦਾ ਹੈ, ਇਹ ਬੱਚੇ ਦੇ ਸਮੁੱਚੇ ਪ੍ਰੋਗਰਾਮ ਦੀ ਨੀਂਹ ਰੱਖਦਾ ਹੈ। ਇਸ ਲਈ ਇਸ ਕਾਲ ਨੂੰ, ਸ਼ਿਸ਼ੂ ਕਾਲ ਨੂੰ ਜੀਵਨ ਦਾ ਇੱਕ ਮਹਾਨ ਸਥਾਨ ਦੱਸਿਆ ਗਿਆ ਹੈ, ਕਿਉਂਕਿ ਬੱਚਾ ਇਸ ਇੱਥੇ ਉਸਦੀ ਫਾਊਂਡੇਸ਼ਨ ਹੁੰਦੀ ਹੈ ਜੀ। ਬੱਚੇ ਦਾ ਨਿਊਟ੍ਰੀਸ਼ਨ ਜੇਕਰ ਵਧੀਆ ਹੈ, ਬੱਚੇ ਦਾ ਜੇਕਰ ਪਾਲਣ ਪੋਸ਼ਣ ਵਧੀਆ ਢੰਗ ਨਾਲ ਕੀਤਾ ਗਿਆ ਹੈ, ਤਾਂ ਬੱਚੇ ਦਾ ਜਿਹੜਾ ਜੀਵਨ ਹੈ, ਅੱਗੇ ਦਾ ਜਿਹੜਾ ਜੀਵਨ ਹੈ, ਉਹ ਬਹੁਤ ਹੀ ਵਧੀਆ ਢੰਗ ਦਾ ਹੋਏਗਾ। ਇਸ ਲਈ ਮਨੋਵਿਸ਼ਲੇਸ਼ਣ ਐਡਲਰ ਦੇ ਵੱਲੋਂ ਇਸਨੂੰ ਜੀਵਨ ਸ਼ੈਲੀ ਲਈ ਤਿਆਰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਨਫੈਂਸੀ ਸਟੇਜ, ਅਗਰ ਤੁਹਾਡੇ ਤੋਂ ਪੁੱਛ ਲਏ ਜੀ ਕਿਸ ਅਵਸਥਾ ਨੂੰ ਵਿਕਾਸ ਦੀ ਸਭ ਤੋਂ ਤੇਜ਼ੀ ਨਾਲ ਹੋਣ ਵਾਲੀ ਅਵਸਥਾ ਮੰਨਿਆ ਜਾਂਦਾ ਹੈ, ਤਾਂ ਵਿਕਾਸ ਦੀ ਸਭ ਤੋਂ ਤੇਜ਼ ਗਤੀ ਨਾਲ ਹੋਣ ਵਾਲੀ ਜਿਹੜੀ ਅਵਸਥਾ ਹੈ ਉਹ ਇਨਫੈਂਸੀ ਸਟੇਜ ਹੈ ਜੀ। 3 ਤੋਂ ਲੈ ਕੇ 12 ਸਾਲ ਦੇ ਵਿੱਚ ਬੱਚੇ ਦਾ ਲਗਭਗ 85% ਤੱਕ ਮਾਇੰਡ ਦਾ ਅਤੇ ਸਰੀਰਕ ਵਿਕਾਸ ਦਾ ਬੜੀ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਗਿਆਨ ਇੰਦਰੀਆਂ ਰਾਹੀਂ ਬੱਚਾ ਸਿੱਖਦਾ ਹੈ ਜੀ। ਇੱਕ ਗੱਲ ਹੋਰ ਹੈ, ਸੈਂਸ ਬੇਸਡ ਜਿਹੜੀ ਲਰਨਿੰਗ ਹੈ ਉਹ ਇਨਫੈਂਸੀ ਸਟੇਜ ਦੇ ਵਿੱਚ ਹੁੰਦੀ ਹੈ। ਬੱਚਾ ਆਪਣੇ ਸੈਂਸ ਦੇ ਦੁਆਰਾ ਆਪਣੀ, ਕਿਉਂਕਿ ਹਰ ਚੀਜ਼ ਨੂੰ ਉਹ ਤੁਸੀਂ ਆਪ ਵੇਖਦੇ ਹੋ ਜੀ, ਤੁਹਾਡੇ ਘਰੇ ਛੋਟਾ ਬੱਚਾ ਹੋਏਗਾ, ਤੁਸੀਂ ਉਸ ਨੂੰ, ਕਿਉਂਕਿ ਇਹ ਚੀਜ਼ਾਂ ਤੁਸੀਂ ਛੋਟੇ ਬੱਚੇ ਤੋਂ ਸਿੱਖ ਸਕਦੇ ਹੋ। ਤੁਹਾਡੇ ਘਰੇ ਛੋਟਾ ਬੱਚਾ ਹੋਏਗਾ ਜੀ, ਤੁਸੀਂ ਉਸ ਨੂੰ ਗੌਰ ਨਾਲ ਵੇਖਣਾ ਹੈ। 1 ਤੋਂ ਲੈ ਕੇ ਬਰਥ ਤੋਂ ਲੈ ਕੇ 3 ਸਾਲ ਦਾ ਬੱਚਾ ਹੈ ਜਿਹੜਾ, ਕਿਸੇ ਵੀ ਚੀਜ਼ ਤੁਸੀਂ ਉਸਨੂੰ ਦਿਓਗੇ, ਉਹ ਸਭ ਤੋਂ ਪਹਿਲਾਂ ਉਸਨੂੰ ਮੂੰਹ ਦੇ ਵਿੱਚ ਲੈ ਕੇ ਜਾਏਗਾ, ਕਿਉਂਕਿ ਉਸਦਾ ਜਿਹੜਾ ਸੈਂਸ ਔਰਗਨ ਹੈ ਉਹ ਸਭ ਤੋਂ ਪਹਿਲਾਂ ਟੱਚ, ਟੱਚ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਟੇਸਟ ਹੈ ਉਸ ਚੀਜ਼ ਨੂੰ, ਹਰ ਚੀਜ਼ ਨੂੰ ਉਹ ਟੇਸਟ ਕਰਦਾ ਜੀ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਟੇਸਟ, ਟੱਚ, ਟੱਚ ਤੋਂ ਬਾਅਦ ਟੇਸਟ, ਟੇਸਟ ਤੋਂ ਬਾਅਦ ਉਸਦੀ ਜਿਹੜੀ ਆਈਜ਼ ਦੇ ਦਾ ਜਿਹੜੀ ਅੱਖਾਂ ਤੋਂ ਦੇਖਣ ਦੀ ਗਿਆਨ ਇੰਦਰੀ ਹੈ ਉਸ ਦਾ ਪ੍ਰਯੋਗ ਉਹ ਬਾਅਦ ਦੇ ਵਿੱਚ ਕਰਦਾ ਹੈ ਜੀ। ਤਾਂ ਗਿਆਨ ਇੰਦਰੀਆਂ ਰਾਹੀਂ ਬੱਚਾ ਸਿੱਖਦਾ ਹੈ, ਕਿਉਂਕਿ ਇਸੇ ਸਟੇਜ ਵਿੱਚ ਉਹ ਅਨੁਕਰਨ ਕਰਕੇ, ਜਿਵੇਂ ਆਪਾਂ ਕਰਦੇ ਹਾਂ ਜੀ ਕਿਸੇ ਪ੍ਰਕਾਰ ਦੀ ਐਕਟੀਵਿਟੀਜ਼ ਕਰਦੇ ਹਾਂ, ਉਹ ਉਸ ਨੂੰ ਦੇਖ ਕੇ ਐਕਟੀਵਿਟੀਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ।
ਸੈਂਸ ਬੇਸਡ ਅਤੇ ਸੈਲਫ ਸੈਂਟਰਡ, ਇਸ ਦੇ ਵਿੱਚ ਬੱਚਾ ਕੇਂਦਰ ਦੇ ਵਿੱਚ ਹੁੰਦਾ। ਇਹ ਗੱਲ ਜਿਹੜੀ ਸੈਲਫ ਸੈਂਟਰਡ ਦੀ ਗੱਲ ਹੈ, ਇਹ ਪਿਆਜੇ ਦੇ ਵੱਲੋਂ ਕਹੀ ਗਈ ਹੈ ਪ੍ਰੀ ਓਪਰੇਸ਼ਨਲ ਸਟੇਜ ਦੇ ਵਿੱਚ, ਕਿਉਂਕਿ ਬੱਚਾ ਜਿਹੜਾ ਸੈਲਫ ਸੈਂਟਰ ਇਸ ਵਾਸਤੇ ਹੁੰਦਾ ਹੈ ਕਿ ਉਹ ਸੋਚਦਾ ਹੈ ਕਿ ਮੈਂ ਇੱਥੇ ਮੁੱਖ ਹਾਂ, ਮੈਨੂੰ ਦੇਖ ਕੇ ਹੀ ਸਾਰਾ ਕੁਝ ਹੋ ਰਿਹਾ। ਉਹ ਆਪਣੇ ਆਪ ਨੂੰ ਇੱਕ ਪ੍ਰਮੁੱਖ ਸਟੇਜ ਉੱਤੇ ਮੰਨਦਾ ਹੈ ਕਿ ਮੇਰੇ ਆਲੇ ਦੁਆਲੇ ਹੀ ਸਾਰੀ ਗੱਲਾਂ ਹੋ ਰਹੀਆਂ ਨੇ। ਠੀਕ ਹੈ ਜੀ, ਤਾਂ ਹੋਪ ਕਰਦੇ ਹਾਂ ਕਿ ਪਹਿਲੀ ਸਟੇਜ ਤੁਹਾਨੂੰ ਸਮਝ ਆਈ ਹੋਏਗੀ, ਇਨਫੈਂਸੀ ਸਟੇਜ, ਜਿਹੜੀ 1 ਤੋਂ ਲੈ ਕੇ 3 ਸਾਲ ਤੱਕ ਦਾ ਪੀਰੀਅਡ ਹੁੰਦਾ। ਇਸ ਦੇ ਵਿੱਚ ਉਹਨਾਂ ਨੇ, ਹਾਰਲੋਕ ਨੇ ਇੱਕ ਬੜੀ ਚੰਗੀ ਗੱਲ ਦੱਸੀ ਹੈ ਕਿ ਇਹ ਖਤਰਨਾਕ ਕਾਲ ਹੈ। ਇਸ ਦੇ ਇਲਾਵਾ ਜਿਹੜਾ ਐਡਲਰ ਹੈ ਜੀ, ਉਹਨਾਂ ਨੇ ਕਿਹਾ ਕਿ ਜੀਵਨ ਸ਼ੈਲੀ ਲਈ ਤਿਆਰ ਕਰਦਾ ਹੈ, ਕਿਉਂਕਿ ਇਹ ਜੀਵਨ ਵਿੱਚ ਮਹਾਨ ਸਥਾਨ ਰੱਖਦੀ ਹੈ। ਇਸ ਦੇ ਵਿੱਚ ਬੱਚੇ ਦੀ ਫਾਊਂਡੇਸ਼ਨ ਹੈ ਜਿਹੜੀ ਵਧੀਆ ਹੋਏਗੀ, ਤਾਂ ਉਹ ਅੱਗੇ ਦਾ ਜਿਹੜਾ ਜੀਵਨ ਆਪਣਾ ਵਿਆਪਨ ਬੜੇ ਹੀ ਵਧੀਆ ਢੰਗ ਨਾਲ ਕਰ ਸਕਦਾ ਹੈ। ਠੀਕ ਹੈ ਜੀ, ਅੱਗੇ ਜਿਹੜੀ ਸਟੇਜ ਹੈ ਜੀ, ਉਹ ਹੈ ਚਾਈਲਡਹੁੱਡ, ਬਾਲ ਅਵਸਥਾ, 3 ਸਾਲ ਤੋਂ ਲੈ ਕੇ 12 ਸਾਲ ਤੱਕ, ਅਰਲੀਅਰ ਚਾਈਲਡਹੁੱਡ, ਮੁੱਢਲੀ ਅਵਸਥਾ ਅਤੇ ਪਿਛਲੀ ਅਵਸਥਾ। ਠੀਕ ਹੈ ਜੀ, ਤੁਸੀਂ ਪਿਕ ਤੋਂ ਵੇਖ ਸਕਦੇ ਹੋ, ਇਹ ਅਰਲੀ ਚਾਈਲਡਹੁੱਡ ਹੈ ਜੀ, ਇਹ ਲੇਟਰ ਚਾਈਲਡਹੁੱਡ ਹੈ। ਠੀਕ ਹੈ ਜੀ, ਦੋਨਾਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਵੇਖ ਸਕਦੇ ਹੋ। ਮੁੱਢਲੀ ਬਾਲ ਅਵਸਥਾ ਹੈ ਜੀ, 3 ਸਾਲ ਤੋਂ ਲੈ ਕੇ 6 ਸਾਲ ਤੱਕ, ਇਸ ਕਾਲ ਨੂੰ ਮੁੱਢਲਾ ਬਾਲਪਣ ਜਾਂ ਪੂਰਵ ਸਕੂਲ ਅਵਸਥਾ, ਪ੍ਰੀ ਸਕੂਲ ਪੀਰੀਅਡ, ਮੋਸਟ ਇੰਪੋਰਟੈਂਟ ਹੈ ਜੀ। ਇਸ ਕਾਲ ਨੂੰ ਜਿਹੜਾ ਹੈ ਕੀ ਕਿਹਾ ਜਾਂਦਾ ਹੈ ਜੀ, ਜਿਹੜਾ ਦੇਖੋ ਜੀ, ਇੱਥੇ ਡਾਕਟਰ ਮੈਡਮ ਹਾਰਲੋਕ ਹੈ, ਉਹਨਾਂ ਨੇ ਇਸ ਨੂੰ 2 ਹਿੱਸਿਆਂ ਵਿੱਚ ਵੰਡਿਆ। ਇੱਕ ਹੈ ਮੁੱਢਲੀ ਬਾਲ ਅਵਸਥਾ, ਜਿਹੜੀ ਹੁੰਦੀ ਹੈ ਜੀ 3 ਤੋਂ ਲੈ ਕੇ 6 ਸਾਲ ਦੇ ਵਿਚਕਾਰ। ਠੀਕ ਹੈ ਜੀ, ਇਸ ਨੂੰ ਜਿਹੜਾ ਪ੍ਰੀ ਸਕੂਲ ਪੀਰੀਅਡ ਕਿਹਾ ਜਾਂਦਾ, ਬੱਚੇ ਦੇ ਸਕੂਲ ਜਾਣ ਤੋਂ ਪਹਿਲਾਂ ਦੀ ਜਿਹੜੀ ਅਵਸਥਾ ਹੈ, ਇਹ ਉਸ ਨੂੰ ਮੰਨਿਆ ਜਾਂਦਾ। ਇਸ ਕਾਲ ਨੂੰ ਮੁੱਢਲਾ ਬਾਲਪਣ ਜਾਂ ਪੂਰਵ ਸਕੂਲ ਅਵਸਥਾ ਵੀ ਕਿਹਾ ਜਾਂਦਾ। 3 ਤੋਂ 6 ਸਾਲ ਦੇ ਸਾਰੇ ਬੱਚੇ ਇਸ ਅਵਸਥਾ ਵਿੱਚ ਆਉਂਦੇ ਨੇ। ਗਿਸਲੇ ਇੱਕ ਮਨੋਵਿਗਿਆਨਿਕ ਹੋਏ ਨੇ, ਤੁਸੀਂ ਇਹਨਾਂ ਮਨੋਵਿਗਿਆਨਿਕਾਂ ਦੇ ਨਾਂ ਜ਼ਰੂਰ ਯਾਦ ਰੱਖਣੇ ਜੀ। ਕਈ ਵਾਰ ਸਿੱਧਾ ਪੁੱਛ ਲੈਂਦਾ ਗਿਸਲੇ ਦੇ ਅਨੁਸਾਰ ਕਿਸ ਅਵਸਥਾ ਨੂੰ ਜਿਹੜੀ ਪ੍ਰੀ ਸਕੂਲ ਏਜ ਕਿਹਾ ਗਿਆ, ਤਾਂ ਅਰਲੀ ਚਾਈਲਡਹੁੱਡ ਨੂੰ ਕਿਹਾ ਗਿਆ। ਅਰਲੀ ਚਾਈਲਡਹੁੱਡ ਦੇ ਵਿੱਚ ਬੱਚਾ ਜਿਹੜਾ ਪ੍ਰੀ ਸਕੂਲ ਏਜ ਦੇ ਵਿੱਚ ਹੁੰਦਾ। ਸਕੂਲ ਦੀ ਜਿਹੜੀ ਜਾਣ ਦੀ ਉਮਰ ਹੈ ਜੀ, ਉਹ 6 ਸਾਲ ਹੈ। ਤੁਸੀਂ ਸਾਰੇ ਟੀਚਰ ਟੀਪੀ ਕਰਕੇ ਆਇਓ ਤਾਂ ਤੁਹਾਨੂੰ ਪਤਾ ਜੀ, 6 ਸਾਲ ਦਾ ਬੱਚਾ ਜਿਹੜਾ ਫਸਟ ਕਲਾਸ ਦੇ ਵਿੱਚ ਜਿਹੜਾ ਸਕੂਲਿੰਗ ਉਸਦੀ ਸਟਾਰਟ ਹੁੰਦੀ ਹੈ। ਫਾਊਂਡੇਸ਼ਨ ਜਿਹੜਾ UKG ਵਗੈਰਾ ਹੈ, ਜਿਹੜਾ ਆਂਗਨਵਾੜੀ ਦਾ ਪੀਰੀਅਡ ਹੈ, ਉਹ ਜਿਹੜਾ 3 ਸਾਲ ਤੋਂ ਸਟਾਰਟ ਹੋ ਜਾਂਦਾ, ਪਰ ਜਿਹੜੀ ਸਕੂਲਿੰਗ ਹੈ ਉਹ ਤੁਹਾਡੀ ਜਿਹੜੀ ਸਟਾਰਟ ਹੁੰਦੀ ਹੈ ਜੀ, ਉਹ 6 ਸਾਲ ਤੋਂ ਹੁੰਦੀ ਹੈ। ਇਸ ਦੇ ਲਈ ਇਹ ਪ੍ਰੀ ਸਕੂਲ ਏਜ ਹੈ, ਸਕੂਲ ਜਾਣ ਤੋਂ, ਲਰਨਿੰਗ ਤੋਂ ਪਹਿਲਾਂ ਦੀ ਜਿਹੜੀ ਏਜ ਹੈ ਉਸ ਨੂੰ ਅਰਲੀ ਚਾਈਲਡਹੁੱਡ ਕਿਹਾ ਜਾਂਦਾ। ਲੇਟਰ ਚਾਈਲਡਹੁੱਡ ਜਿਹੜੀ ਤੁਹਾਡੀ ਸਕੂਲਿੰਗ ਏਜ ਹੈ। ਠੀਕ ਹੈ ਜੀ, ਅੱਛਾ, ਮੋਸਟ ਇੰਪੋਰਟੈਂਟ, ਕਈ ਵਾਰ ਕੁਐਸਚਨ ਆਇਆ ਜੀ, ਕਿਸ ਏਜ ਨੂੰ, ਕਿਸ ਜਿਹੜੀ ਅਵਸਥਾ ਨੂੰ ਜਿਹੜਾ ਟੋਏਜ ਕਿਹਾ ਜਾਂਦਾ। ਮੋਸਟ ਇੰਪੋਰਟੈਂਟ ਜੀ, ਬਹੁਤ ਵਾਰ ਕੁਐਸਚਨ ਆਇਆ, ਤਾਂ ਅਰਲੀ ਚਾਈਲਡਹੁੱਡ ਹੈ ਜਿਹੜਾ, ਉਸ ਨੂੰ ਜਿਹੜਾ ਟੋਏ ਏਜ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਲੈਂਗੁਏਜ ਦਾ ਡਿਵਲਪਮੈਂਟ ਸਭ ਤੋਂ ਜ਼ਿਆਦਾ ਕਿਸ ਏਜ ਦੇ ਵਿੱਚ ਹੁੰਦਾ ਹੈ, ਤਾਂ ਉਹ ਮੁੱਢਲੀ ਬਾਲ ਅਵਸਥਾ, ਅਰਲੀ ਚਾਈਲਡਹੁੱਡ ਦੇ ਵਿੱਚ ਹੁੰਦਾ ਹੈ। ਠੀਕ ਹੈ ਜੀ, ਇਸ ਪੜਾਅ ਵਿੱਚ ਕਾਫੀ ਵਿਕਾਸ ਹੁੰਦਾ ਹੈ, ਭਾਵੇਂ ਇਸ ਦੀ ਦਰ ਸ਼ਿਸ਼ੂ ਕਾਲ ਜਿੰਨੀ ਤੀਬਰ ਨਹੀਂ ਹੁੰਦੀ ਹੈ, ਪਰ ਇਸ ਦਾ ਵਿਕਾਸ ਵੀ ਕਾਫੀ ਤੇਜ਼ ਗਤੀ ਨਾਲ ਹੁੰਦਾ ਹੈ, ਇਨਫੈਂਸੀ ਸਟੇਜ ਤੋਂ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜੀ ਆਪਣੀ ਹੈ ਜੀ ਏਜ, ਲੇਟਰ ਚਾਈਲਡਹੁੱਡ, ਪਿਛਲੀ ਬਾਲ ਅਵਸਥਾ, 6 ਸਾਲ ਤੋਂ ਲੈ ਕੇ 12 ਸਾਲ ਤੱਕ। ਠੀਕ ਹੈ ਜੀ, ਪਹਿਲੀ ਹੈ ਜੀ ਜਿਹੜੀ, ਉਸ ਦੇ ਵਿੱਚ ਪ੍ਰੀ ਸਕੂਲ ਏਜ ਹੈ, ਇਹ ਪ੍ਰੀ ਅਡੋਲਸੈਂਸ ਪੀਰੀਅਡ ਜਾਂ ਲੈਟਰ ਚਾਈਲਡਹੁੱਡ ਦੇ ਵਿੱਚ ਸਕੂਲਿੰਗ ਏਜ ਕਿਹਾ ਜਾ ਸਕਦਾ। ਠੀਕ ਹੈ ਜੀ, ਇਹ ਕਾਲ ਮੁੱਢਲੀ ਅਵਸਥਾ ਅਤੇ ਕਿਸ਼ੋਰ ਅਵਸਥਾ ਦੇ ਵਿਚਕਾਰ ਦਾ ਸਮਾਂ। ਮੋਸਟ ਇੰਪੋਰਟੈਂਟ ਗੱਲ ਹੈ ਜੀ, ਇਹ ਜਿਹੜਾ ਹੈ, ਜਿਹੜਾ ਆਪਣਾ ਅਰਲੀ ਚਾਈਲਡਹੁੱਡ ਅਤੇ ਪ੍ਰੀ ਅਡੋਲਸੈਂਸ ਪੀਰੀਅਡ ਦੇ ਵਿਚਕਾਰ ਦਾ ਸਮਾਂ ਹੁੰਦਾ ਜੀ। ਠੀਕ ਹੈ, ਇਸ ਦੀ ਜਿਹੜੀ ਏਜ਼ ਹੈ ਜੀ, ਉਹ 6 ਸਾਲ ਤੋਂ ਲੈ ਕੇ 12 ਸਾਲ ਦਾ ਬੱਚਾ ਇਸ ਦੇ ਵਿੱਚ ਹੁੰਦਾ। ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਤੋਂ ਸ਼ੁਰੂ ਹੋ ਕੇ ਜਵਾਨੀ ਤੱਕ ਪ੍ਰਾਰੰਭ ਰਹਿੰਦੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਠੀਕ ਹੈ, 9 ਤੋਂ 12 ਸਾਲ ਨੂੰ ਪੂਰਵ ਕਿਸ਼ੋਰ ਅਵਸਥਾ ਵੀ ਕਿਹਾ ਜਾਂਦਾ, ਅਡੋਲਸੈਂਸ ਪੀਰੀਅਡ ਤੋਂ ਪਹਿਲਾਂ ਦਾ ਜਿਹੜਾ ਹੈ ਕਾਲ ਵੀ ਕਿਹਾ ਜਾਂਦਾ। ਇਸ ਅਵਸਥਾ ਵਿੱਚ ਕੀ ਹੁੰਦਾ ਜੀ, ਇਸ ਅਵਸਥਾ ਵਿੱਚ ਬਹੁਤ ਸਾਰੇ ਸਰੀਰਕ,
ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਤੌਰ 'ਤੇ ਪਰਿਵਰਤਨ ਆਉਂਦੇ ਹਨ, ਕਿਉਂਕਿ ਇੱਥੇ ਜਿਹੜਾ ਬੱਚਾ ਹੈ ਅਡੋਲਸੈਂਸ ਦੀ ਜਿਹੜੀ ਹੈ ਉਹ ਪੀਰੀਅਡ ਦੇ ਵਿੱਚ ਚਲਾ ਜਾਂਦਾ ਹੈ, ਉਸਦੇ ਹਾਰਮੋਨਸ ਚੇਂਜ ਜਾਂ ਉਸਦਾ ਜਿਹੜਾ ਸਰੀਰਕ ਬਣਤਰ ਹੈ ਉਹ ਬਦਲਣੀ ਸਟਾਰਟ ਹੋ ਜਾਂਦੀ ਨੇ। ਲੇਟਰ ਚਾਈਲਡਹੁੱਡ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ, ਇਹ ਜਿਹੜੀ ਅਡੋਲਸੈਂਸ ਦੇ ਪੀਰੀਅਡ ਤੋਂ ਪਹਿਲਾਂ ਦਾ ਪੀਰੀਅਡ ਹੈ, ਇਸ ਦੇ ਵਿੱਚ ਜਿਹੜੀ ਮੁੱਢਲੀ ਅਵਸਥਾ ਵਿੱਚ ਅਤੇ ਕਿਸ਼ੋਰ ਅਵਸਥਾ ਦੇ ਵਿਚਕਾਰ ਦਾ ਜਿਹੜਾ ਸਮਾਂ ਹੈ ਉਸ ਨੂੰ ਗਿਣਿਆ ਜਾਂਦਾ ਹੈ। ਨਾਲ ਦੀ ਨਾਲ ਇੱਥੇ ਸਕੂਲਿੰਗ ਏਜ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਇਲਾਵਾ ਤਿੰਨ ਚਾਰ ਹੋਰ ਨਾਂ ਇਸਦੇ ਜੀ, ਕੀ ਨਾਂ ਹੈ? ਇੱਕ ਤਾਂ ਸਕੂਲਿੰਗ ਏਜ, ਸਕੂਲਿੰਗ ਏਜ ਕਿਸ ਏਜ ਨੂੰ ਕਿਹਾ ਜਾਂਦਾ? ਤਾਂ ਲੈਟਰ ਚਾਈਲਡਹੁੱਡ ਨੂੰ ਕਿਹਾ ਜਾਂਦਾ ਜੀ। ਗੇਂਗ ਏਜ ਕਿਹਾ ਜਾਂਦਾ, ਬੱਚਾ ਗੇਂਗ ਦੇ ਵਿੱਚ ਰਹਿਣਾ ਸਟਾਰਟ ਕਰ ਦਿੰਦਾ ਜੀ, ਗਰੁੱਪ ਦੇ ਵਿੱਚ ਰਹਿਣਾ ਸਟਾਰਟ ਕਰ ਦਿੰਦਾ, ਉਸਦੇ ਦੋਸਤ ਬਣਨੇ ਸਟਾਰਟ ਹੋ ਜਾਂਦੇ ਨੇ, ਲਿੰਗ ਦਾ ਨਿਦਾਨ ਪਰਫੈਕਟਲੀ ਹੋ ਜਾਂਦਾ, ਉਸਨੂੰ ਪਤਾ ਲੱਗ ਜਾਂਦਾ ਹੈ ਕਿ ਉਸਦਾ ਜਿਹੜਾ ਫਰੈਂਡ ਸਰਕਲ ਹੈ ਉਹ ਕਿਸਦੇ ਨਾਲ ਰਹੇਗਾ, ਬੋਇਜ਼ ਹੋਣਗੇ ਜਾਂ ਗਰਲਸ ਹੋਏਗਾ ਜੀ। ਇਹ ਵੀ ਗੱਲ ਉਸਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਕ੍ਰੀਏਟਿਵ ਥਿੰਕਿੰਗ ਹੈ ਉਹ ਸਟਾਰਟ ਹੋ ਜਾਂਦੀ ਹੈ। ਟ੍ਰਬਲਸਮ ਏਜ਼, ਇਸ ਦੇ ਵਿੱਚ ਉਸਨੂੰ ਪਤਾ ਨਹੀਂ ਲੱਗਦਾ ਕਿ ਉਸਦੇ ਨਾਲ ਹੋ ਕੀ ਰਿਹਾ, ਕਿਉਂਕਿ ਚੇਂਜਿਸ ਬੜੇ ਫਰਕੁਐਂਟਲੀ ਹੁੰਦੇ ਹੈ ਜੀ, ਠੀਕ ਹੈ? ਤਾਂ ਇਹ ਚੀਜ਼ਾਂ ਇਸ ਦੇ ਵਿੱਚ ਰਹਿੰਦੀਆਂ। ਸਕੂਲਿੰਗ ਏਜ ਕਿਸ ਨੂੰ ਕਿਹਾ ਜਾਂਦਾ ਜੀ? ਲੈਟਰ ਚਾਈਲਡਹੁੱਡ ਨੂੰ। ਗੇਂਗ ਏਜ ਕਿਸ ਨੂੰ ਕਿਹਾ ਜਾਂਦਾ? ਲੈਟਰ ਚਾਈਲਡਹੁੱਡ ਨੂੰ। ਪ੍ਰੀ ਸਕੂਲ ਏਜ ਕਿਸ ਨੂੰ ਕਿਹਾ ਜਾਂਦਾ? ਤਾਂ ਅਰਲੀ ਚਾਈਲਡਹੁੱਡ ਨੂੰ ਕਿਹਾ ਜਾਂਦਾ। ਇਹ ਗੱਲਾਂ ਤੁਸੀਂ ਧਿਆਨ ਰੱਖਣੀਆਂ ਜੀ, ਸਿੱਧਾ ਡਾਇਰੈਕਟ ਕੁਐਸਚਨ ਆਉਂਦਾ। ਅੱਛਾ ਜੀ, ਉਸ ਤੋਂ ਬਾਅਦ ਹੈ ਜੀ ਕਿਸ਼ੋਰ ਅਵਸਥਾ, ਅਡੋਲਸੈਂਸ, 12 ਸਾਲ ਤੋਂ ਲੈ ਕੇ 18 ਸਾਲ ਤੱਕ, ਠੀਕ ਹੈ? ਕਿਸ਼ੋਰ ਅਵਸਥਾ ਕਿਸੇ ਵਿਅਕਤੀ ਦੇ ਵਿਕਾਸ ਵਿੱਚ ਇੱਕ ਬਹੁਤ ਨਾਜ਼ੁਕ ਸਮਾਂ ਹੁੰਦਾ ਹੈ। ਇਹ ਬਚਪਨ ਅਤੇ ਬਾਲਪਨ ਦੇ ਵਿਚਕਾਰ ਦੇ ਅੰਤਰਲੇ ਸਮਾਂ ਹੁੰਦਾ ਹੈ ਜੀ, ਠੀਕ ਹੈ? ਇਸ ਦੇ ਵਿੱਚ ਕੀ ਹੈ ਜੀ, ਸਟੈਨਲੀ ਹੋਕ ਇੱਕ ਮਨੋਵਿਗਿਆਨਿਕ ਹੋਏ ਨੇ, ਉਹਨਾਂ ਨੇ ਕੀ ਕਿਹਾ? ਤਣਾਅ ਅਤੇ ਤੂਫਾਨ। ਕਿਸ ਮਨੋਵਿਗਿਆਨਿਕ ਨੇ ਅਡੋਲਸੈਂਸ ਨੂੰ ਤਣਾਵ ਅਤੇ ਤੂਫਾਨ ਦੀ ਅਵਸਥਾ ਕਿਹਾ ਹੈ? ਤਾਂ ਸਟੈਨਲੀ ਹੋਕ ਨੇ ਕਿਹਾ ਜੀ। ਕਿਸ ਨੇ ਕਿਹਾ? ਸਟੈਨਲੀ ਹੋਕ ਨੇ। ਇਮੋਸ਼ਨਲੀ ਤੌਰ ਉੱਤੇ ਜਿਹੜਾ ਬੱਚਾ ਹੈ ਇਸ ਸਮੇਂ ਬੜਾ ਹੀ ਮਤਲਬ ਫਸਿਆ ਹੁੰਦਾ ਹੈ ਜੀ। ਉਸਨੂੰ ਆਇਡੈਂਟੀ ਕ੍ਰਾਈਸਿਸ, ਉਹ ਪਤਾ ਨਹੀਂ ਲੱਗਦਾ ਜੀ, ਉਹ ਮਤਲਬ ਉਸਦੀ ਕੀ ਪਹਿਚਾਣ ਹੈ, ਕਿਸ ਤਰੀਕੇ ਦੇ ਨਾਲ ਜੀਣਾ। ਕੁਝ ਮਨੋਵਿਗਿਆਨਿਕਾਂ ਨੇ ਕਿਸ਼ੋਰ ਅਵਸਥਾ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਜੀ, ਅਰਲੀ ਅਡੋਲਸੈਂਸ ਅਤੇ ਲੇਟਰ ਅਡੋਲਸੈਂਸ। ਅਰਲੀ ਅਡੋਲਸੈਂਸ ਹੈ, ਮੈਂ ਇੱਥੇ ਲਿਖ ਦਿੰਦਾ ਜੀ, ਥੋੜ੍ਹਾ ਜਿਹਾ ਅਗਰ ਪੁੱਛ ਲਏ ਤਾਂ ਅਰਲੀ ਅਡੋਲਸੈਂਸ ਹੈ ਜੀ ਉਹ 12 ਤੋਂ 15 ਸਾਲ ਹੈ, ਅਰਲੀ ਅਡੋਲਸੈਂਸ। ਅਤੇ ਲੈਟਰ ਅਡੋਲਸੈਂਸ ਹੈ ਉਹ ਹੈ ਜੀ ਤੁਹਾਡੀ 15 ਸਾਲ ਤੋਂ ਲੈ ਕੇ 18 ਸਾਲ। ਇਹ ਗੱਲ ਤੁਸੀਂ ਲਿਖ ਲੈਣੀ ਹੈ, ਠੀਕ ਹੈ ਜੀ, ਕਿਉਂਕਿ ਕੁਝ ਇੱਕ ਗੱਲਾਂ PDF ਦੇ ਵਿੱਚ ਹੋਣਗੀਆਂ, ਕੁਝ ਇੱਕ ਗੱਲਾਂ ਤੁਸੀਂ ਲਿਖ ਲੈਣੀਆਂ ਨੇ। ਤਾਂ ਸਟੈਨਲੀ ਹੋਕ ਦੇ ਦੁਆਰਾ ਜਿਹੜੀ ਕਿਸ਼ੋਰ ਅਵਸਥਾ ਹੈ ਉਸ ਨੂੰ ਜਿਹੜਾ ਤਣਾਅ ਅਤੇ ਤੂਫਾਨ ਦੀ ਅਵਸਥਾ ਗਿਆ, ਸਟ੍ਰੀਨ ਐਂਡ ਸਟਰੋਮ ਦੀ ਜਿਹੜੀ ਅਵਸਥਾ ਉਹ ਕਿਹਾ ਗਿਆ ਹੈ। ਗੋਲਡਨ ਪੀਰੀਅਡ ਆਫ ਟਰਾਂਸਮਿਸ਼ਨ ਹੁੰਦਾ ਜੀ, ਇਸ ਦੇ ਵਿੱਚ ਬੱਚੇ ਦਾ ਜਿਹੜਾ ਹੈ ਉਹ ਟਰਾਂਸਮਿਸ਼ਨ ਹੁੰਦਾ ਜੀ, ਕਿਉਂਕਿ ਕੁੜੀਆਂ ਦੇ ਵਿੱਚ ਹੈ ਇਹ ਜਿਹੜਾ 11 ਸਾਲ ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜਾ ਟਰਾਂਸਮਿਸ਼ਨ ਹੈ ਜੀ, ਹਾਇਰ ਸੈਕੰਡਰੀ ਸਕੂਲ ਦੀ ਪੜ੍ਹਾਈ ਦੀ ਉਮਰ ਸ਼ੁਰੂ ਹੋ ਜਾਂਦੀ ਹੈ। ਉਸ ਦੇ ਨਾਲ ਨਾਲ ਜਿਹੜੇ ਬੋਇਜ਼ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਇਹ ਥੋੜ੍ਹੀ ਜਿਹੀ ਲੇਟ ਸਟਾਰਟ ਹੁੰਦੀ ਹੈ। ਦਰਅਸਲ ਕੋਲੇਜ ਦੀ ਪੜ੍ਹਾਈ ਲਈ ਇਹ ਉਮਰ ਹੁੰਦੀ ਹੈ, ਕੋਲੇਜ ਪੀਰੀਅਡ ਤੁਹਾਡਾ ਹੈ ਜਿਹੜਾ ਉਹ ਸਟਾਰਟ ਹੋ ਜਾਂਦਾ, ਤੁਸੀਂ +2 ਪਾਸ ਆਊਟ ਕਰ ਜਾਂਦੇ ਹੋ, ਠੀਕ ਹੈ ਜੀ। ਇਹ ਹੋ ਗਈ ਜੀ ਤੁਹਾਡੀ ਅਡੋਲਸੈਂਸ। ਉਸ ਤੋਂ ਬਾਅਦ ਲਾਸਟ ਹੈ ਜੀ ਤੁਹਾਡਾ ਅਡਲਟਹੁੱਡ ਪੀਰੀਅਡ, ਜਿਹੜਾ 18+ ਪ੍ਰੌੜ ਅਵਸਥਾ ਹੁੰਦੀ ਹੈ ਜੀ, ਜਿਸ ਦੇ ਵਿੱਚ ਤੁਸੀਂ ਸਾਰਾ ਕੁਝ ਜਾਣਨਾ ਸ਼ੁਰੂ ਹੋ ਕਰ ਦਿੰਦੇ ਹੋ। ਇਹ ਅਵਸਥਾ ਜੀਵਨ ਦੇ ਪੜਾਅ ਵਿੱਚ ਸਭ ਤੋਂ ਜ਼ਿਆਦਾ ਲੰਬੀ ਹੁੰਦੀ ਹੈ। ਇਸ ਸਮੇਂ ਵਿੱਚ ਸਰਵੰਗੀ ਪ੍ਰਭੁਤਾ ਆਉਂਦੀ ਹੈ। ਇਸ ਅਵਸਥਾ ਵਿੱਚ ਵਿਅਕਤੀ ਸਮਾਜ ਦਾ ਇੱਕ ਕਾਰਜਕਾਰ ਮੈਂਬਰ ਬਣ ਜਾਂਦਾ। ਤਾਂ ਹੋਪ ਕਰਦੇ ਹਾਂ ਜੀ ਤੁਸੀਂ ਇਹ ਤੁਹਾਨੂੰ ਵੀਡੀਓ ਬੜੀ ਚੰਗੀ ਲੱਗੀ ਹੋਏਗੀ। ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਮਿਲਦੇ ਹਾਂ ਫਿਰ ਕਿਸੇ ਨੈਕਸਟ ਵੀਡੀਓ, ਤਦ ਤੱਕ ਸਤਿ ਸ਼੍ਰੀ ਅਕਾਲ ਅਤੇ ਰਾਮ ਰਾਮ ਜੀ।